Mark a gumbra. ਉੱਥੇ ਹੀ ਰਹਿ ਸਕਦੇ ਸਨ ਜਾਂ ਹਿੰਦੁਸਤਾਨ ਦੇ ਕਿਸੇ ਹੋਰ ਸੂਬੇ ਵਿੱਚ
ਕਿਸੇ ਆਰਾਮ ਤੇ ਸੁਖ ਸ਼ਾਂਤੀ ਦੀ ਜ਼ਿੰਦਗੀ ਬਤੀਤ ਕਰ ਸਕਦੇ ਸਨ, ਪਰ ਨਹੀਂ, ਉਹਨਾਂ ਦਾ ਅਕਾਲ ਪੁਰਖ ਵੱਲੋਂ ਸੌਂਪੇ ਹੋਏ ਕੰਮ ਨੂੰ ਨੇਪਰੇ ਚਾੜਨ ਵਾਸਤੇ ਪੰਜਾਬ ਵਿੱਚ ਪੁੱਜੇ। ਪੰਜਾਬ ਜਿਹੜਾ ਉਹਨਾਂ ਦੀ ਕਰਮ ਭੂਮੀ ਤੇ ਧਰਮ ਭੂਮੀ ਬਣਿਆ। ਪੰਜਾਬ ਸਾਡੀ ਕਤਲਗਾਹ ਤੇ ਆਸ਼ਿਆਨਾ ਵੀ ਇਹੀ ਹੋ, ਮਥੁਰਾ ਵੀ ਇਹੀ ਹੋ, ਗੋਕੁਲ ਵੀ ਇਹੀ ਹੋ, ਮੱਕਾ ਮਦੀਨਾ ਵੀ ਇਹੀ ਹੋ, ਕਰਬਲਾ ਕਾਬਾ ਤੇ ਬੁਤਖਾਨਾ ਵੀ ਇਹੀ ਹੋ। ਇਹਦਾ ਇੱਕ ਇੱਕ ਜ਼ਰਾ ਸਾਡੇ ਪਿਆਰ ਦੀ ਜਾਗੀਰ ਹੈ, ਜ਼ਿੰਦਗੀ ਦੇ ਮੌਤ ਦੀ ਸਾਂਝੀ ਦੀ ਤਸਵੀਰ ਹੈ। ਮਾਲਾ ਵੀ ਇੱਥੇ ਫੇਰੀਆਂ, ਤੇਗਾਂ ਵੀ ਇੱਥੇ ਚੁੱਕੀਆਂ, ਚਰਖੜੀ ਚੜ੍ਹੇ ਹਾਂ ਇਸ ਥਾਂ ਤੇ, ਤਖ਼ਤ ਮਾਣੇ ਇਸ ਥਾਂ, ਖੋਪਰ ਲਵਾਏ ਇਸ ਥਾਂ ਤੇ, ਤਾਜ ਪਹਿਨੇ ਇਸ ਥਾਂ। ਅਜਬ ਜਿਹੇ ਕਿੱਸੇ ਨੇ ਸਾਡੇ ਸੀਨਿਆਂ ਦੇ ਦਾਗ ਦੇ, ਵਾਸੀਆਂ ਕਾਨੂੰ ਆਣ ਦੇ, ਪਰ ਬਹੁਤ ਬਣ ਕੇ ਵੀ ਰਹੇ ਕੋਈ ਚਿਰ ਹਜ਼ੂਰੀ ਬਾਗ ਦੇ। ਆਬਾਦੀਆਂ ਵੀ ਵੇਖੀਆਂ, ਬਰਬਾਦੀਆਂ ਵੀ ਵੇਖੀਆਂ, ਦੱਸੇ ਮੜੀ ਰਣਜੀਤ ਦੀ, ਇਹਨਾਂ ਗੁਲਾਮਾਂ ਨੇ ਕਦੀ ਆਜ਼ਾਦੀਆਂ ਵੀ ਵੇਖੀਆਂ। ਨਿੱਕੇ ਵੱਡੇ 17 ਜੰਗ ਜਿੱਤੇ, ਹਰ ਮੈਦਾਨ ਵਿੱਚ ਫਤਿਹ ਪਾ ਕੇ ਵੀ ਬੜੀ ਨਿਮਰਤਾ ਨਾਲ ਬੋਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਦਾ ਸਦੀਵੀ ਜੈਕਾਰਾ ਸੀ, ਮਰਦ ਅਗੰਬੜੇ ਦੀ ਇਹ ਪ੍ਰਤਿਗਿਆ ਸੀ, ਸ਼ੁਭ ਕਰਮਨ ਤੇ ਕਬਹੂ ਨਾ ਟਰੂੰ, ਉਸ ਦੀ ਅਰਦਾਸ ਸੀ, ਅਤਿ ਹੀ ਰਣ ਮੇ ਤਬ ਜੂਝ ਮਰੂੰ। ਮਰਦ ਅਗੰਬੜਾ ਵਰਿਆਮ ਅਕੇਲਾ, ਇੱਕ ਬ੍ਰਹਿਮੰਡ ਹੈ ਅਥਾ ਅਸਗਾ, ਜਿਹਦੀ ਜੁਝਾਰ ਗਾਥਾ ਸੁਣਾਉਣ ਦੀ ਮੇਰੀ ਸਮਰੱਥਾ ਨਹੀਂ, ਤੁਸੀਂ ਮੇਰਾ ਸਾਥ ਦੇਣਾ। ਗੋੜੇ ਚੋਂ ਇੱਕ ਨਿੱਕੀ ਜਿਹੀ ਨਿਮਾਣੀ ਪੂਰੀ ਕੱਤਣ ਦਾ ਕੁਛ ਜਿਹਾ ਯਤਨ ਕਰਾਂਗਾ, ਮੈਂ ਤੰਦਾ ਖਿੱਚਾਂਗਾ, ਤੁਸੀਂ ਤੰਦਾ ਨਾਲ ਤੰਦ ਜੋੜੀ ਜਾਣਾ। ਰੂਪਕ ਮਰਦ ਅਗੰਬੜਾ, ਮਰਦ ਅਗੰਬੜਾ, ਉਹ ਗਿਆ ਜੇ ਆਦੀ ਨਾਲ ਕਿਹਾ ਜਾਏ, ਮਰਦ ਅਗੰਬੜਾ ਉਹ ਆ ਗਿਆ ਜੀ, ਉਹ ਆ ਗਿਆ ਜੀ ਮਰਦ ਅਗੰਬੜਾ। ਤੇ ਸੋ ਵਕਤ ਦੇ ਫਨਕਾਰਾਂ ਕੋਲੋਂ ਉਹਨਾਂ ਦੀ ਆਪਣੀ ਕਹਾਣੀ, ਵਚਿੱਤਰ ਨਾਟਕ ਦੀ ਜ਼ਬਾਨੀ, ਜਹਾਂ ਤਹਾਂ ਤੇ ਧਰਮ ਚਲਾਏ ਤੂੰ ਬੁੱਧ ਕਰਨ
ते धूप हटाए। अब मैं अपनी कथा बखानो, अब मैं अपनी कथा बखानो, तब सदत जय बिन मुहे आनो, तब सदत जय बिन मुहे आनो। प्रेम कुंड पर्वत है जहाँ, सप्त सरिंग सोबत है कहाँ, सप्त सरिंग ते नाम कहावा, पंड राज जहाँ जोग कमावा। कश्मीर दा नवा सूबेदार मुकर्र करते हैं, लाहौर दा नवा सूबेदार अज तो फिदाए खान ते मुल्तान दा चंगेज खान तैनात कीते जांदे हन। तकलिया
ਬੰਦਗੀ ਦੇ ਘਰ ਪੈ ਗਿਆ ਮਤ ਭਗਤ ਵਕੇਲਾ ਜਦ ਬੰਦਗੀ ਦੇ ਘਰ ਪੈ ਗਿਆ ਮਤ ਭਗਤ ਵਕੇਲਾ ਜਦ ਪਾਪ ਪੁੰਨ ਦਾ ਫੜ ਗਿਆ ਜਦ ਸਖਾ ਸਹੇਲਾ ਜਦ ਪਾਪ ਪੁੰਨ ਦਾ ਫੜ ਗਿਆ ਜਦ ਸਖਾ ਸਹੇਲਾ ਵੈਸੇ ਯਾਰ ਮੀਦਿਆ ਅੱਜ ਕੋਈ ਖਾਸ ਹੀ ਗੱਲ ਆ ਕਿ ਪਿਛਲੇ ਪਏ ਰਾਤ ਦੇ ਜਦੋਂ ਮੇਰੀ ਅੱਖ ਖੁੱਲੀ ਹੁਜਰੇ ਵਿੱਚ ਇੱਕ ਅਜੀਬ ਹੀ ਕੌਤਕ ਵੇਖਿਆ। ਕਿਹੜਾ? ਬਈ ਸ਼ਾਹ ਹੋਰੀ ਆਪਣੇ ਦੋਹਾਂ ਹੱਥਾਂ ਵਿੱਚ ਮਿੱਟੀ ਦੀਆਂ ਕੁੱਜੀਆਂ ਪਕੜੀ ਜੱਲੀ ਪਾ ਰਹੇ ਸਨ। ਇਮਾਨ ਨਾਲ ਵਜਦ ਦਾ ਆਲਮ ਬੇਨਜ਼ੀਰ ਸੀ ਤੇ ਹੁਣ ਨਮਾਜ਼ ਪੁੱਠੀ ਪੜ ਰਹੇ ਨੇ। ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਵਿੱਚੇ ਬੇੜੀ ਵਿੱਚੇ ਚੱਪੂ ਵਿੱਚੇ ਪੂਰ ਮੋਹਾਣੇ ਸ਼ਫਾਉਲ ਦੌਲਾ ਪੂਰਵ ਨਮਾਜ਼ ਅੱਜ ਅੱਜ ਨਾ ਕੁਫਰ ਹੈ ਨਾ ਗੁਨਾਹ ਤੇ ਨਾ ਖਤਾ ਰਹਿਮਤ ਉਲਾ ਇਲਾ ਸਾਨੂੰ ਗੁਨਾਹਗਾਰਾਂ ਨੂੰ ਬਖਸ਼ ਉਹ ਦੂਰ ਉਫਕ ਤੇ ਨੂਰ ਦਾ ਡੁੱਲਿਆ ਘੜਾ ਤਾਂ ਦੇਖੋ ਸਰਵਰੇ ਕਾਇਨਾਤ ਵਾਲੀਏ ਦੋ ਜਹਾਨ ਅੱਜ ਬਜ਼ਾਤੇ ਖੁਦ ਇਨਸਾਨੀ ਜਾਮਾ ਤਾਰ ਕੇ ਜ਼ਮੀਨ ਤੇ ਉਤਰਿਆ ਹੈ ਤੇ ਉਹ ਹਿੰਦੁਸਤਾਨ ਦੀ ਸਰਜ਼ਮੀਨ ਉੱਤੇ ਮਰਹਬਾ ਅਸਾਂ ਤਾਂ ਬਸ ਰੱਬੇ ਆਲਮੀਨ ਦੇ ਜ਼ਹੂਰ ਨੂੰ ਸਜਦਾ ਕੀਤਾ ਹੈ। ਮੇਰੇ ਬੱਚਿਓ ਸਾਨੂੰ ਇਲਹਾਮ ਹੋਇਆ ਹੈ ਕਿ ਸਾਡੇ ਪਰਮ ਪਿਆਰੇ ਮਿੱਤਰ ਤੇ ਬਹਾਦਰ ਦੇ ਘਰ ਅੱਜ ਦਸਵੇਂ ਨਾਨਕ ਦਾ ਪ੍ਰਕਾਸ਼ ਹੋਇਆ ਹੈ। ਪਟਨੇ ਸ਼ਹਿਰ ਤੋਂ ਲੈ ਕੇ ਗੁਲਾਮ ਠਸਕਾ ਮੀਰ ਜੀ ਦੀ ਕਰ ਜ਼ਾਫਰਾਨੀ ਕਹਿਕਸ਼ਾਂ ਉਸਦੀ ਨਿਗਾਹੇ ਕਰਨ ਦਾ ਜਲਾਉ ਹੈ। ਖਲਕਤ ਨੂੰ ਮੁਬਾਰਕਾਂ ਹੋਣ ਨੂੰ ਸ਼ੀਰਨੀਆਂ ਵੰਡੋ ਤੇ ਚਲੀਆਂ ਪਾਓ ਇਲਾਹੀ ਨੂਰ ਨੂੰ ਸਾਡਾ ਸਜਦਾ ਕਬੂਲ ਹੋਵੇ। ਮੁਕੱਦਸ ਪੀਰ ਬਾਬਾ ਹਜ਼ੂਰ ਲਈ ਤੇਜ਼ ਤਰਾਰ ਪੌਰ ਤਾਜ਼ੀ ਬਾਹਰ ਤਿਆਰ ਬਰ ਤਿਆਰ ਖੜਾ ਹੈ। ਰਾਖੀ ਪੁੱਤਰ ਹੌਸਲਾ ਰੱਖ, ਅਸੀਂ ਤੇਰੀ ਆਵਾਜ਼ ਸੁਣ ਲਈ ਹੈ। ਖਾਤਰ ਨਿਸ਼ਾਨ ਰੱਖ, ਅਸੀਂ ਹੁਣੇ ਆਏ। ਸਾਡੇ ਅਜ਼ੀਜ਼ੋ, ਅਸੀਂ ਹੁਣੇ ਇਸੇ ਵਕਤ ਪਟਨੇ ਨੂੰ ਰਵਾਨਾ ਹੋਵਾਂਗੇ। ਅੱਲਾਹ ਤਾਲਾ ਸਫ਼ਰ ਨੂੰ ਖੁਸ਼ਗਵਾਰ ਰੱਖੇ। ਮੌਲਾ ਹੀ ਮੌਲਾ ਸਫ਼ਰਾ ਫਰਮਾਓ ਮੇਰੇ ਮੁਰਸ਼ਿਦ। ਅੰਦਰ ਆਲੇ ਵਿੱਚ ਅਸਾਂ ਮਿੱਟੀ ਦੀਆਂ ਦੋ ਕੁੱਜੀਆਂ ਤੇ ਮਠਿਆਈ ਦੀ ਪੋਟਲੀ ਰੱਖੀ ਹੈ, ਉਹਨਾਂ ਨੂੰ ਲੈ ਪਿਆਓ। ਬਹੁਤ ਅੱਛਾ ਹਜ਼ੂਰ। ਪਿਆਰਿਓ, ਤੁਸਾਂ ਸ਼ਾਹੋ ਮਸਕੀਨ ਬਦਰੁਦੀਨ ਪੀਰ ਬੁੱਧੂ ਸ਼ਾਹ ਦੇ ਹਜ਼ੂਰ ਸਾਡੀ ਨਿੱਘੀ ਦੁਆ ਸਲਾਮ ਕਹਿਣੀ ਤੇ ਦੱਸ ਦੇਣਾ ਕਿ ਅਸੀਂ ਆਪਣੇ ਮਹਿਰਮ ਦੇ ਦੀਦਾਰ ਲਈ ਪਟਨੇ ਗਏ ਹਾਂ।
ਪੀਰ ਮੁਰਸ਼ਦ ਇਹ ਲਵੋ ਵਸਤਾਂ ਲਿਆਓ। ਆਖਰ ਇਹਨਾਂ ਵਸਤਾਂ ਦਾ ਕੀ ਭੇਤ ਹੈ? ਅਸਾਂ ਦੋਵਾਂ ਦੇ ਦਰਮਿਆਨ ਜੋ ਗੁਫ਼ਤਗੂ ਹੋਏਗੀ ਇਹ ਵਸਤਾਂ ਸਾਡੀਆਂ ਮੁਤਰਜਮ ਹੋਣਗੀਆਂ। ਅੱਛਾ, ਫੇਰ ਵੀ ਫਿਕਰ ਨਾ ਕਰੋ, ਆਣ ਕੇ ਦੱਸਾਂਗੇ। ਹੁਣ ਅਸੀਂ ਰੁਖਸਤ ਹੁੰਦੇ ਹਾਂ। ਮਾਲਕ ਅੱਛਾ, ਖੁਦਾ ਹਾਫਿਜ਼। ਖੁਦਾ ਹਾਫਿਜ਼। ਅਸਾਂ ਘਰ ਸੱਜਣਾ ਦੇ ਜਾਣਾ ਛੇਤੀ ਛੇਤੀ ਮੁੱਕ ਪੈਂਦਿਆ। ਮੁਰਦਿਆਂ ਤੋਂ ਮੁਰਾਦਾ ਚਾਹ।